ਸ਼ਿਕਾਲ ਵਿਊਅਰਸ, ਸਾਰੀਆਂ ਭੈਣਾਂ ਨੂੰ ਬਹੁਤ ਸਾਰਾ ਪਿਆਰ ਅਤੇ ਬਹੁਤ ਸਾਰਾ ਧੰਨਵਾਦ ਵੀਡੀਓਜ਼ ਨੂੰ ਸ਼ੇਅਰ ਕਰਨ ਲਈ। ਬਹੁਤ ਪਿਆਰ ਦੇ ਰਹੀ ਹੋ ਵੀਡੀਓਜ਼ ਨੂੰ ਤੁਸੀਂ। ਅਤੇ ਅੱਜ ਆਪਾਂ, ਜੇ ਤੁਸੀਂ ਚੈਨਲ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਉੱਤੇ ਤੁਹਾਡੇ ਲਈ ਬਹੁਤ ਖੂਬਸੂਰਤ ਆਈਟਮਾਂ ਲੈ ਕੇ ਆਉਂਦੀ ਹਾਂ। ਅਤੇ ਵੀਡੀਓ ਦੇ ਐਂਡ ਵਿੱਚ ਸ਼ੋਪ ਦੇ ਬਾਰੇ 'ਚ ਇੰਪੋਰਟੈਂਟ ਜਾਣਕਾਰੀ ਹੁੰਦੀ ਹੈ, ਉਹ ਜ਼ਰੂਰ ਦੇਖ ਲਿਆ ਕਰੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਕੋਈ ਚੀਜ਼ ਅੱਜ ਦੀ ਵੀਡੀਓ 'ਚ ਤੁਹਾਨੂੰ ਹੋ ਸਕਦਾ ਰਿਕੁਆਇਰਮੈਂਟ ਨਾ ਹੋਵੇ, ਪਰ ਕਿਸੇ ਦੂਸਰੇ ਦੀ ਰਿਕੁਆਇਰਮੈਂਟ ਹੋ ਸਕਦੀ ਹੈ। ਠੀਕ ਹੈ ਜੀ। ਅਤੇ ਲਓ ਜੀ, ਅੱਜ ਆਪਾਂ ਨਾ ਬਹੁਤ ਤੁਸੀਂ ਡਿਮਾਂਡ ਕੀਤੀ ਵੀ ਮਦਰਸ ਲਈ ਕੁਛ ਦਿਖਾਓ, ਮਦਰਸ ਲਈ ਕੁਛ ਦਿਖਾਓ। ਆਈਟਮਾਂ ਲਿਮਿਟਡ ਮਿਲੀਆਂ ਨੇ ਸਾਨੂੰ, ਪਰ ਬਹੁਤ ਸੋਹਣੀਆਂ ਮਿਲੀਆਂ ਨੇ, ਯਕੀਨ ਕਰਕੇ ਤੁਸੀਂ ਬੇਫਿਕਰ ਹੋ ਕੇ ਲੈ ਲੈਣਾ। ਬਹੁਤ ਖੂਬਸੂਰਤ ਆਈਟਮਾਂ ਮਿਲੀਆਂ ਨੇ। ਆਹ ਜਿਹੜਾ ਸੂਟ ਤੁਹਾਨੂੰ ਦਿਖ ਰਿਹਾ ਕਾਨੀ ਵਰਕ ਦੇ ਸੂਟ ਨੇ। ਲਓ ਜੀ, ਇਹ ਸਾਰਾ ਜੋ ਤੁਹਾਨੂੰ ਦਿਖ ਰਿਹਾ ਨਾ, ਇਹ ਮਾਊਸ ਕਲਰ ਜਿਹਾ। ਹਾਂਜੀ, ਹੈ ਨਾ। ਤੁਸੀਂ ਮਦਰਸ ਲਈ ਕਿਹਾ ਕੁਛ, ਅਸੀਂ ਬਿਲਕੁਲ ਸੋਬਰ, ਬਿਲਕੁਲ ਹੀ ਮਾਊਸ ਕਲਰ, ਜਿਹੜੇ ਨਿੱਘੇ ਨਿੱਘੇ ਜਿਹੇ ਰੰਗ ਹੁੰਦੇ ਆ ਸਰਦੀ ਪਾਉਣ ਵਾਲੇ, ਉਹ ਨੇ। ਅਤੇ ਕੁਛ ਥੋੜ੍ਹੇ ਜਿਹੇ ਖਿੜਵੇ ਵੀ ਆ, ਉਹ ਜਿਹੜੀਆਂ ਮਦਰਸ ਮੇਰੇ ਵਾਂਗੂ ਮੁਟਿਆਰ ਹੈ ਉਹ ਪਾ ਲਿਓ। ਆ ਲਓ ਜੀ, ਇਹ ਕਾਨੀ ਵਰਕ ਹੈ ਭੈਣੋ, ਮਤਲਬ ਪ੍ਰਿੰਟ 'ਤੇ ਨਹੀਂ ਹੈ, ਬੁਣਤੀ 'ਚ ਹੈ। ਇਹ ਮੋਟਾ ਸੂਟ ਹੈ, ਐਨ ਗੱਡਵਾਂ। ਠੀਕ ਹੈ। ਅਤੇ ਠੰਡ ਦਾ ਤਾਂ ਮਤਲਬ ਨਾ ਨਿਸ਼ਾਨ ਨਹੀਂ ਰਹਿਣਾ ਨੇੜੇ ਤੇੜੇ। ਠੀਕ ਹੈ। ਅਤੇ ਸਰਦੀਆਂ ਦੇ ਵਿੱਚ ਜੇ ਆਪਾਂ ਕਿਸੇ ਫੰਕਸ਼ਨ 'ਤੇ ਜਾਣਾ ਹੁੰਦਾ ਹੈ ਤਾਂ ਇਹ ਬਹੁਤ ਪਿਆਰੇ ਲੱਗਦੇ ਨੇ, ਬਹੁਤ ਹੀ ਸੋਹਣੇ ਲੱਗਦੇ ਨੇ। ਇਹਦੇ ਨਾਲ ਤੁਹਾਨੂੰ ਇਹਦੀ ਲੈਂਥ ਮਿਲੀ ਸੀ 47 ਦੇ ਉੱਤੇ, ਇਹ ਕੰਮ ਹੋਇਆ ਪਿਆ। ਪਰ ਇਹਦਾ ਜਿਹੜਾ ਬਾਰਡਰ ਹੈ, ਵੈਸੇ ਤਾਂ ਤੁਸੀਂ ਸਾਰੀਆਂ ਬਥੇਰੀਆਂ ਸਿਆਣੀਆਂ ਹੈ ਮੇਰੇ ਨਾਲੋਂ, ਫਿਰ ਵੀ ਮੈਂ ਦੱਸ ਦਿੰਦੀ ਹਾਂ ਵੀ ਇਹਨਾਂ ਦੇ ਜਿਹੜੇ ਬਾਰਡਰ ਨੇ ਨਾ, ਉਹ ਇਸ ਤਰ੍ਹਾਂ ਦੇ ਜੇ ਆਪਾਂ ਘੱਟ ਕਰਨੇ ਤਾਂ ਥੋੜ੍ਹਾ ਜਿਹਾ ਇੱਥੋਂ ਆਹ ਵਾਲਾ, ਜੇ ਆਪਾਂ ਬਾਰਡਰ ਮੋੜ ਵੀ ਦੇਵਾਂਗੇ ਦੇਖੋ ਤਾਂ ਵੀ ਨਹੀਂ ਪਤਾ ਲੱਗਣਾ ਕਿ ਇੱਥੇ ਕੋਈ ਹੋਰ ਡਿਜ਼ਾਈਨ ਸੀ, ਹੋਰ ਘੱਟ ਵੀ ਕਰ ਦਾਂਗੇ ਤਾਂ ਵੀ ਨਹੀਂ ਪਤਾ ਲੱਗਦਾ ਕਿ ਇੱਥੇ ਕੋਈ ਹੋਰ ਡਿਜ਼ਾਈਨ ਸੀ। ਤੁਸੀਂ ਆਪਣੇ ਹਿਸਾਬ ਨਾਲ ਇਹਦੀ ਲੈਂਥ ਜਿਹੜੀ ਆ ਉਹ ਸੈੱਟ ਕਰ ਸਕਦੇ ਹੋ। ਠੀਕ ਹੈ। ਪਰ ਇਹਦੀ ਹੁਣ 47 ਲੈਂਥ ਤੱਕ ਪ੍ਰਿੰਟ ਹੈ। ਠੀਕ ਹੈ। ਅਤੇ ਕੱਪੜਾ ਬਹੁਤ ਮੋਟਾ ਹੈ, ਹੈ ਨਾ। ਅਤੇ ਨਾਲ ਤੁਹਾਨੂੰ ਦੇਣਾ ਇਹਦੇ ਅਸੀਂ ਬੈਕ ਸਾਈਡ ਹੈ। ਹਾਂ, ਚੜਾਈ ਇਹਦੀ ਹੁਣ 28 ਹੈ ਭੈਣੋ। ਇਹ ਦੇਖੋ, ਇਹ ਆਹ ਚੀਜ਼ ਹੈ, ਕਿਉਂਕਿ ਇਹ ਖੱਡੀ 'ਤੇ ਚੜ੍ਹ ਕੇ ਬਣੀ ਹੁੰਦੀ ਆ। ਦੇਖੋ ਡਿਜ਼ਾਈਨ, ਇਹ ਇੱਧਰ ਵੀ ਕੰਨੀ ਹੈ, ਇੱਧਰ ਵੀ ਕੰਨੀ ਹੈ। 28 ਇਹ ਘੇਰਾ, ਮਤਲਬ ਆਹ ਟੋਟਲ ਜਿਹੜੀ ਚੜਾਈ ਉਹ 28 ਹੈ। ਇਸੇ ਚੜਾਈ ਦਾ ਤੁਹਾਨੂੰ ਸ਼ੋਲ ਮਿਲਣਾ, ਇਸੇ ਚੜਾਈ ਦਾ ਤੁਹਾਨੂੰ ਕਮੀਜ਼ ਮਿਲਣਾ। ਠੀਕ ਹੈ। ਅਤੇ ਇਹ ਜਿਹੜਾ ਹੈ, ਸਮਝ ਲਓ ਤੁਸੀਂ ਲਾ ਲਓ 26 ਤਿਆਰ ਹੋਊਗਾ। ਹਾਂਜੀ, ਹੈ ਨਾ। 28 ਹੈ ਤਾਂ 26 ਤਿਆਰ ਹੋਊਗਾ, ਜਾਂ ਜਿਹੜੀਆਂ ਭੈਣਾਂ ਜ਼ਿਆਦਾ ਮਾਰ ਹੈ ਉਹ ਇੱਥੇ ਇੰਨਾ ਕੁ ਕਰਕੇ ਵੀ ਯੂਜ਼ ਕਰ ਸਕਦੇ, ਵੀ ਕਰ ਸਕਦੇ ਆ। 27 ਮਤਲਬ 28 ਤਾਂ ਸਾਰਾ ਹੀ ਹੈ ਜੀ। ਠੀਕ ਹੈ। ਅਤੇ ਇਹ ਇਹਦੀ ਬੈਕ ਸਾਈਡ ਹੋਊਗੀ, ਬਾਰਡਰ ਐਨ ਮੋਟਾ ਕੱਪੜਾ ਅਤੇ ਬਹੁਤ ਖੂਬਸੂਰਤ। ਠੀਕ ਹੈ। ਅਤੇ ਫਿਰ ਇਹਦੀਆਂ ਆਉਣਗੀਆਂ ਖਲਾਰਾ, ਜਾਂ ਤਾਂ ਖਾਸ ਹੈ ਆਪਾਂ ਖਲਾਰ ਪਾ ਲਾਂਗੇ, ਕੋਈ ਗੱਲ ਨਹੀਂ। ਠੀਕ ਹੈ। ਇਹ ਆ ਰਹੀਆਂ ਇਹਦੀਆਂ ਬਾਹਾਂ, ਆ ਇਹਦਾ ਬਾਹਾਂ ਦਾ ਬਾਰਡਰ ਹੋਊਗਾ। ਠੀਕ ਹੈ। ਇੱਥੋਂ ਸ਼ੁਰੂ ਹੁੰਦਾ ਇਹਦਾ ਸ਼ੋਪ, ਇੱਥੋਂ ਸ਼ੁਰੂ ਹੁੰਦਾ, ਨਾਲ ਹੀ ਹੈ ਚੜਾਈ। ਮੈਂ ਤੁਹਾਨੂੰ ਪਹਿਲਾਂ ਦੱਸਤਾ 28 ਹੋਈ ਹੈ ਭਾਈ, ਤੁਸੀਂ ਆਪਣਾ ਮਿਲ ਲਿਓ। ਇਹ ਆਪਾਂ ਐਂ ਕਹੀਏ ਜਿਵੇਂ ਸਿਰ ਢੱਕਣਾ, ਜਿਵੇਂ ਹੈ ਨਾ ਬਜ਼ੁਰਗ ਪੂਰਾ ਸਿਰ ਢੱਕ ਕੇ ਛੋਲ ਲੈਂਦੇ, ਉਵੇਂ ਨਹੀਂ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਇਹ ਘੱਟ ਹੈ ਚੜਾਈ। ਠੀਕ। ਪਰ ਜੇ ਐਂ ਵੀ ਸਿਰ ਢੱਕ ਕੇ ਆਪਾਂ ਚੁੰਨੀ ਲੈਂਦੇ ਹਾਂ ਤਾਂ ਉਵੇਂ ਠੀਕ ਹੈ। ਆ ਲਓ, ਅਤੇ ਆਪਣੇ ਲਈ ਤਾਂ ਬਿਲਕੁਲ ਹੀ ਠੀਕ ਹੈ, ਜਿਵੇਂ ਮਰਜ਼ੀ ਲਈ ਫਿਰੋ। ਆਹ ਬਾਰਡਰ ਹੋਊਗਾ ਕਾਨੀ ਵਰਕ ਦਾ, ਇਹ ਪ੍ਰਿੰਟ ਨਹੀਂ ਹੈ, ਵਰਕ ਹੈ, ਬੁਣਤੀ ਜਿਹਾ ਪੂਰਾ। ਠੀਕ। ਅਤੇ ਇਹ ਇਹਦਾ ਸ਼ੋਲ ਹੈ ਪੂਰਾ। ਠੀਕ ਹੈ। ਉੱਦਾਂ ਮਤਲਬ ਉਹ ਚੜਾਈ ਬਸ ਘੱਟ ਹੈ ਜੀ ਥੋੜ੍ਹੀ ਜਿਹੀ, ਅਤੇ ਲੰਬਾਈ ਤਾਂ ਪੂਰੀ ਹੈ ਜਿਵੇਂ ਸ਼ੋਲ ਦੀ ਹੁੰਦੀ ਹੈ। ਬਹੁਤ ਸੋਹਣਾ ਸੂਟ ਹੈ, ਅਤੇ ਨਾਲ ਸਲਵਾਰ ਦਾ ਪੀਸ 3 ਮੀਟਰ ਸਲਵਾਰ ਦਾ ਪੀਸ, ਕੱਪੜਾ ਉਹੀ ਹੈ ਸੇਮ, ਐਨ ਮੋਟਾ ਗਰਮ। ਠੀਕ ਹੈ। ਠੰਡ ਹੋ ਗਈ, ਗਰਮ ਸੂਟਾਂ ਦੀ ਬਹੁਤ ਵਾਰ ਵਾਰ ਮੈਸੇਜ ਆ ਰਹੇ ਸੀ ਕਿ ਮਦਰਸ ਲਈ ਕੁਛ ਦਿਖਾਓ, ਮਦਰਸ ਲਈ। ਲਓ ਜੀ, ਮਦਰਸ ਤਾਂ ਬਣ ਜਾਣਗੀਆਂ ਪੂਰੀਆਂ, ਮਹਾਰਾਣੀਆਂ ਐਨ ਪਾ ਕੇ ਸਰਦਾਰੀ ਸੂਟ ਨੇ। ਅਤੇ ਪ੍ਰਾਈਸ ਇਹਦੀ ਬਹੁਤ ਹੀ ਸੋਹਣੀ ਹੈ ਭੈਣੋ, 1495 'ਚ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਣੇ ਹੈ, ਚਾਹੇ ਤੁਸੀਂ ਪਿੰਡ ਦਾ ਐਡਰੈਸ ਭੇਜਿਓ, ਚਾਹੇ ਤੁਸੀਂ ਸ਼ਹਿਰ ਦਾ। ਲਓ ਜੀ, ਉਹਦਾ ਪ੍ਰਿੰਟ ਤੁਸੀਂ ਦੇਖ ਹੀ ਲਿਆ, ਵਿਚਾਲੇ ਪੈਨਲ ਜੇ ਬਣੇ ਹੋਏ ਸੀਗੇ। ਅਤੇ ਹੁਣ ਤੁਹਾਨੂੰ ਲਗਭਗ ਦੇਖੋ ਤੁਸੀਂ ਕੋਲੇ ਪਏ ਆ ਤਾਂ ਉੱਲੀ ਫਰਕ ਭਾਵੇਂ ਤੁਹਾਨੂੰ ਪਤਾ ਲੱਗਦਾ ਹੋਵੇ, ਕੋਈ ਬੜਾ ਫਰਕ ਨਹੀਂ ਹੈਗਾ ਰੰਗ ਦੇ ਵਿੱਚ, ਬਸ ਇੱਕ ਉੱਲੀ ਹੈ ਅਤੇ ਦੂਜਾ ਇੱਕ ਹੀ ਹੈ, ਇਹ 'ਚ ਥੋੜ੍ਹਾ ਲਾਈਟ ਆ ਫਰੋਜ਼ੀ ਕਲਰ, ਬਸ ਜ਼ਿਆਦਾ ਨਹੀਂ, ਬਿਲਕੁਲ ਸਾਰੇ। ਹਾਂਜੀ। ਲਓ ਜੀ, ਉਹਦੇ 'ਚ ਪੈਨਲ ਸੀਗੇ, ਇਹਦੇ 'ਚ ਪੈਨਲ ਨਹੀਂ ਹੈਗੇ। ਅਗਲਾ ਸੂਟ, ਕੱਪੜਾ ਸੇਮ ਐਨ ਗੱਡਮਾ ਕੱਪੜਾ ਹੈ, ਤੁਹਾਡੇ ਕੋਲ ਆਊਗਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਵੀ 1500 ਵਿੱਚ ਇੰਨਾ ਸੋਹਣਾ ਕਾਨੀ ਵਰਕ ਸੂਟ ਕੋਈ ਕਿਵੇਂ ਦੇ ਸਕਦਾ 1495 'ਚ। ਆ ਲਓ ਜੀ, ਇਹਦੇ
थोड़ा जहा बस गले ते मामूली जहा ठीक है कम है तो थले आहा बॉर्डर बने हुए है जिवें मैं तुहानू पहलां दस्सिया सी कोई इशू नहीं लेंथ का जिवें मर्जी जिथों थोड़ा दिल करे उत्थों मोड़ दिओ ठीक है तो कोई दिक्कत ही नहीं हैगी लेंथ की तो ठीक है तो डिजाइन तुहानू फर्क पता लग ही गया फिर कलर मैं तुहानू दस्सी एक माड़ा जिहा गोरा एक माड़ा जिहा सांवला है फर्क है बाले गोरे गवां च कोई भी नहीं गा ठीक है जी बाला गोरा बाद च दिखाउणी इहदे विच इक फर्क बस ये है उहदा प्लेन सीगा बैक साइड ते शॉल विचों ਇਹਦੇ ਵਿੱਚ ਥੋੜੀ ਜੀ ਸੈਲਫ ਹੈ ਆ ਦੇਖੋ ਹਾਂਜੀ ਆ ਸੈਲਫ ਹੈ ਵਿੱਚ ਹੈ ਨਾ ਆ ਰਹੀ ਹੈ ਨਾ ਇਹ ਸ਼ਾਲ ਦੇ ਵਿੱਚ ਵੀ ਮਿਲੂਗੀ ਤੁਹਾਨੂੰ ਸ਼ਾਲ ਦਾ ਬਾਰਡਰ ਸੇਮ ਹੋਊਗਾ ਠੀਕ ਹੈ ਜਿਹਨੂੰ ਪਹਿਲਾਂ ਪਸੰਦ ਆ ਥੋੜਾ ਜਿਹਾ ਪਹਿਨਾ ਲਿਆ ਉਹਦੇ ਵਿੱਚ ਇਹਦੇ ਵਿੱਚ ਸਿੰਪਲ ਹਾਂਜੀ ਹੈ ਨਾ 3 ਮੀਟਰ ਦੀ ਸਲਵਾਰ ਹੋਊਗੀ ਸ਼ਾਲ ਨਾਲ ਹੋਊਗਾ ਲੈਂਥ ਅਸੀਂ ਤੁਹਾਨੂੰ ਚੜਾਈ ਕਲੀਅਰਲੀ ਦੱਸਤੀ ਵੀ 28 ਇੰਚ ਦੀ ਚੜਾਈ ਸੀ ਤੁਹਾਨੂੰ ਸਲਵਾਰ ਦੀ ਨਹੀਂ ਸਲਵਾਰ ਖੁੱਲਾ ਕੱਪੜਾ ਜਿਵੇਂ ਨਾਰਮਲ ਕੱਪੜਾ ਹੁੰਦਾ ਇਹਦੀ ਤੁਹਾਨੂੰ ਸ਼ਰਟ ਅਤੇ ਸ਼ਾਲ ਵੀ ਮਿਲੂਗੀ ਤੇ ਸ਼ਰਟ ਦੀ ਵੀ ਮਿਲੂਗੀ ਚੜਾਈ ਉਹ ਤੁਹਾਨੂੰ 28 ਮਿਲੂਗੀ ਬਾਹਾਂ ਦਾ ਕੱਪੜਾ ਅਲੱਗ ਹਾਂਜੀ ਠੀਕ ਹੈ ਜੀ ਤੇ ਅਗਲਾ ਜਿਹੜਾ ਤੁਹਾਨੂੰ ਇੱਥੇ ਦੇਣਾ ਲੋ ਜੀ ਆ ਗਿਆ ਗੋਰਾ ਗੋਰਾ ਇਹ ਤਾਂ ਜ਼ਿਆਦਾ ਹੀ ਗੋਰਾ ਹੋ ਗਿਆ ਤਾਜੀ ਤਾਜੀ ਬਲੀਚ ਆ ਲੋ ਜੀ ਅਗਲਾ ਕਰ ਹੁਣ ਤੁਹਾਨੂੰ ਪਹਿਣਾ ਇਸੀ ਤੇ ਹੀ ਪਰ ਮੈਨੂੰ ਸੱਚ ਪੁੱਛਿਓ ਆ ਨਿੱਕੇ ਨਿੱਕੇ ਜਿਹੇ ਬਾਲੇ ਸੋਹਣੇ ਲੱਗਦੇ ਆ ਆ ਲੋ ਜੀ ਇਹ ਹੈ ਬੁਣਤੀ ਦੇ ਵਿੱਚ ਹਾਂਜੀ ਕਾਨੀ ਵਰਕ ਬੁਣਤੀ 'ਚ ਹੈ ਉਹੀ ਨਹੀਂ ਹੈ ਉਹ ਬੁਣਤੀ ਹੋਣ ਕਰਕੇ ਆਹ ਤਾਂ ਮਤਲਬ ਰੋਟੀ ਵਾਂਗੂ ਹੈ ਕੱਪੜਾ ਪ੍ਰਿੰਟ ਤੁਹਾਨੂੰ ਨੀਚੇ ਆਹੀ ਸਬਜ਼ੀਆਂ ਘੁੱਗੀਆਂ ਜਿਹੀਆਂ ਤੁਸੀਂ ਇਹਨੂੰ ਅੰਬੀਆਂ ਕਹਿੰਦੇ ਮੈਂ ਇਹਨੂੰ ਘੁੱਗੀਆਂ ਕਹਿੰਦੀ ਹਾਂ ਹੈਨਾ ਘੁੱਗੀਆਂ ਇਹਦਾ ਪ੍ਰਿੰਟ ਬੜਾ ਪਿਆਰਾ ਅਤੇ ਆਫ ਵਾਈਟ ਕਲਰ ਬਹੁਤ ਫਾਈਨ ਕੱਪੜਾ ਲੱਗਿਆ ਹੋਇਆ ਠੀਕ ਹੈ ਇਹਦਾ ਇਹ ਬਾਰਡਰ ਦੇ ਉੱਤੇ ਇਹ ਵਾਲਾ ਤੁਹਾਨੂੰ ਮਿਲੂਗਾ ਸੋਰੀ ਬਾਰਡਰ ਦੇ ਉੱਤੇ ਕਹੀ ਜਾਣੀ ਹੈ ਸ਼ਾਲ ਦੇ ਉੱਤੇ ਇਹ ਪ੍ਰਿੰਟ ਮਿਲੂਗਾ ਅਤੇ ਇਹ ਬਾਜੂ ਦੇ ਉੱਤੇ ਮਿਲੂਗਾ ਠੀਕ ਹੈ ਬਾਜੂ ਦਾ ਕੱਪੜਾ ਅਲੱਗ ਹੈ ਅਤੇ ਸ਼ਾਲ ਵਿੱਚੋਂ ਸਾਰਾ ਕਰੀਮ ਹੋਊਗਾ ਹਾਂਜੀ ਠੀਕ ਹੈ ਇਹ ਹੈ ਤੀਸਰਾ ਡਿਜ਼ਾਈਨ ਇਹਦੇ ਵਿੱਚ ਠੀਕ ਹੋ ਗਿਆ ਕਲਰ ਪਾ ਹੀ ਲਓ ਕਲਰ ਹੁਣ ਮੈਂ ਪਾ ਲਿਆ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਇਹਨਾਂ ਦਾ ਕਲਰ ਬਹੁਤ ਪੈਂਦਾ ਆਹ ਫਰੰਟ ਹੋ ਗਿਆ ਠੀਕ ਹੈ ਆ ਜਿਹੀਆਂ ਬਾਜੂ ਆ ਗਈਆਂ ਠੀਕ ਹੈ ਅਤੇ ਇੱਥੋਂ ਸ਼ੁਰੂ ਹੋ ਗਿਆ ਜੀ ਸ਼ਾਲ ਆਹ ਸਾਰਾ ਸ਼ਾਲ ਹੈ ਇੱਥੋਂ ਤੱਕ ਠੀਕ ਹੈ ਇੱਥੋਂ ਤੱਕ ਇੱਥੇ ਉਹ ਬਣੀ ਹੋਈ ਝੀਰੀ ਜੀ ਹਾਂਜੀ ਠੀਕ ਹੈ ਇਸ ਤੋਂ ਬਾਅਦ ਸ਼ੁਰੂ ਹੁੰਦਾ ਜੀ ਉਹਨਾਂ ਦੀਆਂ ਲੂਜ਼ ਕੱਪੜਾ ਸੀ ਸਲਵਾਰ ਦਾ 3 ਮੀਟਰ ਇਹਦਾ ਸੇਮ ਚੜਾਈ ਦਾ ਆਹ ਸਲਵਾਰ ਦੇ ਵੀ ਉੱਤੇ ਨਾਲ ਐਕਸਟਰਾ ਬਾਰਡਰ ਸਲਵਾਰ ਵਾਸਤੇ ਦਿੱਤੀ ਹੋਈ ਹੈ ਪਰ ਚੜਾਈ ਸੇਮ ਹੈ 29 ਹੈ ਨਾ 29 ਅਤੇ ਹੈ 3 ਮੀਟਰ ਠੀਕ ਹੁਣ ਜਿਹੜੇ ਸਿਉਣ ਜਾਣਦੇ ਆ ਉਹਨਾਂ ਨੂੰ ਪਤਾ ਹੋਊਗਾ ਵੀ 3 ਮੀਟਰ ਸਲਵਾਰ ਹੈ ਅਤੇ 29 ਇੰਚ ਚੜਾਈ ਹੈ ਉਹਦੀ ਬਾਰਡਰ ਮਿਲਣਗੇ ਨਾਲ ਠੀਕ ਹੈ ਹਾਂਜੀ ਅਤੇ ਪ੍ਰਾਈਸ ਸੇਮ 14.95 1495 ਦੇ ਵਿੱਚ ਇੱਕ ਲਾਈਨ ਬਾਅਦ ਸਾਹਮਣੇ ਆ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਣਾ ਹੈ ਠੀਕ ਹੈ ਜੀ ਇਹ ਤਾਂ ਸੀਗੇ ਮਦਰਸ ਲਈ ਕਾਨੀ ਵਰਕ ਦੇ ਸੂਟ ਠੀਕ ਹੈ ਹੁਣ ਮੈਂ ਤੁਹਾਨੂੰ ਜਿਹੜੀਆਂ ਥੋੜ੍ਹੀਆਂ ਜਿਹੀਆਂ ਯੰਗ ਮਦਰਸ ਹੈ ਉਹਨਾਂ ਲਈ ਦਿਖਾਉਣੀ ਹੈ 28 ਇੰਚ ਘੇਰਾ ਹੈ ਜੀ ਇਹਦਾ ਠੀਕ ਹੈ ਬਹੁਤ ਪੂਰਾ ਐਨ ਬਹੁਤ ਸੋਹਣਾ ਕੱਪੜਾ ਹੈ ਠੀਕ ਹੈ ਦੂਰੀ ਜੀ ਮੂਰਤੀ ਦਾ ਇਹ ਚੀਜ਼ ਜਿਹੜੀ ਤੁਹਾਨੂੰ ਕਾਨੀ ਵਰਕ ਟਾਈਪ ਲੱਗਦੀ ਹੈ ਭਾਵੇਂ ਇਹਦੀ ਬੁਣਤੀ 'ਚ ਨਹੀਂ ਦਿਖਦੀ ਹਾਂਜੀ ਪਰ ਹੈ ਬਿਲਕੁਲ ਬੁਣਤੀ ਵਾਂਗੂ ਹੈ ਨਾ ਹਾਂਜੀ ਇਹ ਨੀਚੇ ਆ ਗਿਆ ਇਹਦਾ ਬਾਰਡਰ ਇੱਧਰ ਆ ਗਏ ਬਾਜੂ 28 ਇੰਚ ਘੇਰਾ ਠੀਕ ਹੈ ਤਮੰਨਾ ਬ੍ਰੈਂਡ ਦਾ ਸੂਟ ਹੈ ਤਮੰਨਾ ਬ੍ਰੈਂਡ ਦਾ ਸੂਟ ਹੈ ਕੰਪਨੀ ਮੇਡ ਚੀਜ਼ ਹੈ ਠੀਕ ਹੈ ਅਤੇ ਨਾਲ ਇਹਦੇ ਤੁਹਾਨੂੰ ਮਿਲੂਗੀ 3 ਮੀਟਰ ਦੀ ਪਲੇਨ ਬਾਟਮ ਪੂਰਾ ਐਨ ਵਧੀਆ ਕੱਪੜਾ ਲੱਗਿਆ ਹੋਇਆ ਪਸ਼ਮੀਨੇ ਦਾ ਇਹਨੂੰ ਅਤੇ ਠੀਕ ਹੈ ਅਤੇ ਨਾਲ ਤੁਹਾਨੂੰ ਮਿਲਣਾ ਇਹਦੇ ਇਹ ਕਾਨੀ ਵਰਕ ਦਾ ਸ਼ੋਪ ਇਹ ਪੂਰਾ ਕਾਨੀ ਵਰਕ ਹੈ ਬੁਣਤੀ ਚਾਹ ਦੇਖੋ ਪੂਰਾ ਐਨ ਮੋਟਾ ਇੰਨੇ 'ਚ ਇਕੱਲਾ ਸ਼ਾਲ ਹੀ ਆਉਂਦਾ ਕਾਨੀ ਵਰਕ ਦਾ ਇੰਨੇ ਦਾ ਆਉਂਦਾ ਵੀ ਨੀਗਾ ਮਹਿੰਗੇ ਬਹੁਤ ਨੇ ਕਾਨੀ ਵਰਕ ਦੇ ਕੱਪੜੇ ਦਾ ਆਹ ਸ਼ਾਲ ਮਿਲੂਗਾ ਤੁਹਾਨੂੰ ਇਹਦੇ ਨਾਲ ਉਹ ਵੀ ਸੇਮ ਪ੍ਰਿੰਟ ਹੈ ਬਾਰਡਰ ਦੇ ਉੱਤੇ ਜਿਹੜਾ ਇੱਧਰ ਹੈ ਠੀਕ ਹੈ ਸੇਮ ਅਤੇ ਬਹੁਤ ਐਨ ਮੋਟਾ ਮੋਟਾ ਬਹੁਤ ਪਿਆਰਾ ਕੱਪੜਾ ਹੈ
ਤੇ ਪ੍ਰਾਈਸ ਰੇਂਜ ਹੈ ਜੀ ਸਿਰਫ 1770 1770 ਠੀਕ ਹੈ 1770 ਦੇ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਣੇ ਪੂਰਾ ਵਧੀਆ ਮਤਲਬ ਇਹ ਪੂਰਾ ਵਧੀਆ ਆਉਂਦਾ ਇਸ 'ਤੇ ਠੀਕ ਹੈ ਅਤੇ ਲੋ ਜੀ ਡਰੈਸ ਤੁਹਾਡਾ ਪਿੰਡ ਦਾ ਹੋਵੇ ਚਾਹੇ ਸ਼ਹਿਰ ਦਾ ਇਹਦੇ ਵਿੱਚ ਤੁਹਾਨੂੰ ਦੇਵਾਂਗੇ ਦੋ ਕਲਰ ਹਾਂਜੀ ਇਹਨੂੰ ਸੀਗੇ ਇੱਕ ਮੈਂ ਸਵਾਲ ਹੈ ਦੋ ਰਹਿ ਗਏ ਬਹੁਤ ਸੋਹਣਾ ਕਲਰ ਹੈ ਇਹ ਹੈ ਹਾਂਜੀ ਗ੍ਰੀਨਿਸ਼ ਜਿਹਾ ਕਲਰ ਸੇਮ ਹੀ ਆ ਰਿਹਾ ਸੇਮ ਆ ਰਿਹਾ ਬਸ ਜੀ ਅਤੇ ਫਿਰ ਰੌਲਾ ਖਤਮ ਹੋ ਗਿਆ ਲਓ ਜੀ ਤੁਸੀਂ ਸੇਮ ਹੀ ਕਲਰ ਦੇਖ ਰਹੇ ਹੋ ਜਿਹੜਾ ਤੁਹਾਨੂੰ ਵੀਡੀਓ 'ਚ ਦੇਖ ਰਿਹਾ ਇਹੀ ਕਲਰ ਤੁਹਾਨੂੰ ਮਿਲਣਾ ਇਹ ਪੀਸ ਤੋਂ ਕਾਨੀ ਵਰਕ ਦਾ ਪ੍ਰਿੰਟ ਹੈ ਪਰ ਕੱਪੜਾ ਬਹੁਤ ਮੋਟਾ ਹੈ ਐਨ ਵਧੀਆ ਠੰਡਾ ਵਾਲਾ ਅਤੇ ਨਾਲ ਤੁਹਾਨੂੰ ਮਿਲਣਾ ਇਹਦੇ ਤਮੰਨਾ ਬ੍ਰਾਂਡ ਦੀ ਹੀ ਸਲਵਾਰ ਪੀਸ ਹੋਊਗਾ ਇਹ ਨਹੀਂ ਕਿ ਸਲਵਾਰਾਂ ਦੇ ਵਿੱਚ ਕੋਈ ਕੰਪਰੋਮਾਈਜ਼ ਹੈ ਸੇਮ ਬ੍ਰਾਂਡ ਦਾ ਹੀ ਸਲਵਾਰ ਦਾ ਪੀਸ 3 ਮੀਟਰ ਦਾ ਹੋਊਗਾ ਪਸ਼ਮੀਨਾ ਠੀਕ ਹੈ ਅਤੇ ਨਾਲ ਤੁਹਾਨੂੰ ਮਿਲਣਾ ਇਹ ਕਾਨੀ ਵਰਕ ਦਾ ਪੂਰਾ ਗੱਡਮਾ ਸ਼ੋਪ ਠੀਕ ਹੈ ਇਹ ਹੁਣ ਤੁਸੀਂ ਆਪੇ ਹਿਸਾਬ ਜਿਹਾ ਲਾ ਲਿਓ ਵੀ ਇਹ ਸ਼ੋਲ ਹੈ ਕਿ ਸਟੋਲ ਹੈ ਕਦੇ ਮੈਨੂੰ ਸ਼ੋਲ ਹੀ ਲੱਗਦਾ ਬਸ ਸ਼ੋਲੋਂ ਥੋੜ੍ਹਾ ਜਿਹਾ ਚੌੜਾਈ ਘੱਟ ਹੈ ਹੈ ਨਾ ਹਾਂਜੀ ਹਾਂਜੀ ਇਹ ਤੁਹਾਨੂੰ ਮਿਲਣਾ 1770 1770 ਵਿੱਚ ਕਲਰ ਤੁਸੀਂ ਠੀਕ ਦੇਖਿਆ ਪ੍ਰਿੰਟ ਬਹੁਤ ਖੂਬਸੂਰਤ ਹੈ ਠੀਕ ਹੈ ਬਹੁਤ ਪਿਆਰਾ ਸੂਟ ਹੈ ਅਗਲਾ ਇਹ ਦੋ ਤਰ੍ਹਾਂ ਦੇ ਹੋ ਗਏ ਹਾਂਜੀ ਹੈ ਨਾ ਉਹਦੀ ਸ਼ਰਟ ਪੂਰੀ ਕਾਨੀ ਵਰਕ ਦੀ ਸੀ ਇਹਦੇ 'ਚ ਸ਼ੋਲ ਪੂਰਾ ਕਾਨੀ ਵਰਕ ਦਾ ਪਰ ਇਹ ਵੀ ਨਾ ਭਾਵੇਂ ਇਹਦੇ ਕਾਨੀ ਵਰਕ ਦਿਖਦਾ ਨਹੀਂ ਪਰ ਕੱਪੜਾ ਮੋਟਾ ਹੈ ਠੀਕ ਹੈ ਅਤੇ ਲਓ ਜੀ ਅਗਲਾ ਸੂਟ ਜਿਹੜਾ ਹੁਣ ਦਿਖਾਉਣ ਲੱਗੀ ਹੈ ਤੁਹਾਨੂੰ ਕ੍ਰੀਮ ਕਲਰ ਅਤੇ ਉਹਦੇ ਉੱਤੇ ਘੁੱਗੀਆਂ ਦਾ ਪ੍ਰਿੰਟ ਸਾਰੇ ਦੇ ਵਿੱਚ ਵੀ ਘੁੱਗੀਆਂ ਹੀ ਇਹਦੇ 'ਚ ਹੈ ਨਾ ਲੋ ਜੀ ਭੈਣੋ ਇਹਦੇ ਵਿੱਚ ਸਾਰੇ ਦੇ ਵਿੱਚ ਹੀ ਘੁੱਗੀਆਂ ਹੈ ਨਾ ਵੱਡੀਆਂ ਨੀਚੇ ਅੰਬੀਆਂ ਦਾ ਪ੍ਰਿੰਟ ਹੈ ਵਿੱਚ ਵੀ ਸਾਰੇ ਅੰਬੀਆਂ ਦਾ ਪ੍ਰਿੰਟ ਹੈ ਇਹ ਬਾਜੂ ਆ ਗਏ ਠੀਕ ਹੈ ਤਮੰਨਾ ਬ੍ਰਾਂਡ ਦਾ ਸੂਟ ਹੋਊਗਾ ਇੱਥੇ ਵੀ ਤੁਹਾਨੂੰ ਸਟੈਂਪ ਮਿਲ ਰਹੀ ਹੈ ਅਤੇ ਬੋਟਮ 'ਤੇ ਵੀ ਮਿਲ ਰਹੀ ਹੈ ਦੇਖੋ ਠੀਕ ਹੈ ਅਤੇ ਇਹਦਾ ਬੋਟਮ ਜਿਹੜਾ ਹੈ ਉਹ ਕ੍ਰੀਮ ਕਲਰ ਹੈ ਬਹੁਤ ਮਤਲਬ ਸਪਾਈਰੀਅਰ ਕਸ਼ਮੀਰ ਬਹੁਤ ਸਪੀਰੀਅਰ ਹੈ ਹਾਂ ਅਤੇ ਆ ਇਹਦੇ ਬੈਕ ਸਾਈਡ ਦਾ ਪ੍ਰਿੰਟ ਹੋ ਗਿਆ ਅਤੇ ਨਾਲ ਤੁਹਾਨੂੰ ਦੇਣਾ ਇਹਦੇ ਸ਼ੋਪ ਪਤਲਾ ਜਿਹਨਾਂ ਨੂੰ ਪਤਲੇ ਪਸੰਦ ਹੈ ਭਾਰਾ ਨਹੀਂ ਚਾਹੀਦਾ ਇਹ ਸ਼ੋਪ ਹੈ ਹਾਂਜੀ ਹੈ ਨਾ ਇਹ ਸ਼ੋਪ ਹੀ ਹੈ ਬਿਲਕੁਲ ਪਤਲਾ ਹਲਕਾ ਲਾਈਟ ਵੇਟ ਅਤੇ ਸੇਮ ਪ੍ਰਿੰਟ ਹੁੰਦੀਆਂ ਦਾ ਠੀਕ ਹੈ ਅਤੇ ਪ੍ਰਾਈਸ ਰੇਂਜ 1395 ਹਾਂਜੀ 1395 ਦੇ ਵਿੱਚ ਯਾਨੀ ਕਿ 1400 ਦੇ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਣਾ ਚਾਹੇ ਤੁਸੀਂ ਪਿੰਡ ਦਾ ਐਡਰੈਸ ਭੇਜੋ ਚਾਹੇ ਸ਼ਹਿਰ ਦਾ ਠੀਕ ਲਓ ਜੀ ਅਗਲਾ ਕਲਰ ਘੇਰਾ ਇਹਨਾਂ ਦਾ 28 ਹੈ ਇੱਥੇ ਕੱਟ ਬਣਿਆ ਹੋਇਆ ਨਾ ਇਹ ਬਾਜੂ ਵਰਕ ਆ ਗਿਆ ਇਹ ਬਾਜੂ ਆ ਗਈ ਅਤੇ ਇੱਥੋਂ ਇੰਨਾ 28 ਠੀਕ ਹੈ ਜੀ ਪਹਿਲੇ ਦੱਸ ਦਿੰਦੇ ਤੁਹਾਨੂੰ ਤਮੰਨਾ ਬ੍ਰਾਂਡ ਦਾ ਹੀ ਸੂਟ ਹੈ ਇਹ ਅਗੇਨ ਕਲਰ ਠੀਕ ਹੈ ਜੀ ਐਨ ਹਰਾ ਕਚੂਰ ਹਾਂਜੀ ਪ੍ਰੋਪਰ ਹਰਾ ਕਲਰ ਬਹੁਤ ਖੂਬਸੂਰਤ ਵਾਲਾ ਹਰਾ ਕਲਰ ਹੁੰਦਾ ਨਾ ਜਿਹੜਾ ਉਹ ਹੈ ਇਹ ਅਤੇ ਆਹ ਦੇਖੋ ਤੁਹਾਨੂੰ ਤਮੰਨਾ ਬ੍ਰਾਂਡ ਦਾ ਇਹ ਸਲਵਾਰ ਦੇ ਉੱਤੇ ਤੁਹਾਨੂੰ ਹੋਰ ਵੀ ਜ਼ਿਆਦਾ ਕਲਰ ਕਲੀਅਰ ਹੋ ਗਿਆ 3 ਮੀਟਰ ਦੀ ਸਲਵਾਰ ਹੋਊਗੀ ਠੀਕ ਹੈ 2.5 ਮੀਟਰ ਸ਼ਰਟ ਦਾ ਪੀਸ ਹੋਊਗਾ ਕਲਰ ਤੁਸੀਂ ਦੇਖ ਰਹੇ ਹੋ ਪ੍ਰਿੰਟ ਜਿਹੜਾ ਇਹਦੇ ਉੱਤੇ ਹੋਇਆ ਹੋਇਆ ਉਹ ਕਾਨੀ ਪ੍ਰਿੰਟ ਹੋਇਆ ਹੋਇਆ ਨੀਚੇ ਅੰਬੀਆਂ ਦਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਅਤੇ ਲਾਈਟ ਸਟੋਲ ਦੇ ਨਾਲ ਸ਼ੋਲ ਦੇ ਨਾਲ ਸ਼ੋਲ ਬਿਲਕੁਲ ਹਲਕਾ ਪਤਲਾ ਪਿਓਰ ਵਰਗਾ ਐਨ ਖੂਬਸੂਰਤ ਜਿਹੜੇ ਪਿਓਰ ਅਤੇ ਸ਼ੋਲ ਹੁੰਦੇ ਬਿਲਕੁਲ ਹਲਕੇ ਹਲਕੇ ਉਹ ਸ਼ੋਲ ਹੈ ਬਹੁਤ ਸੋਹਣਾ ਅਤੇ ਪ੍ਰਾਈਸ ਹੋਰ ਵੀ ਸੋਹਣੀ ਹੈ 1395 ਹਾਂਜੀ 1395 1395 1395 ਦੇ ਵਿੱਚ ਇਹ ਸੂਟ ਇਹਨੇ ਦਾ ਸ਼ੋਲ ਹੀ ਆਉਂਦਾ 1395 ਦਾ ਸੂਟ ਤਾਂ ਨਹੀਂ ਮਿਲ ਰਿਹਾ ਸਾਨੂੰ ਆਹੀ ਕਹਿ ਦੇਣਾ ਚਾਹੀਦਾ ਸੀਗਾ ਕਿ ਸਕੀਮ ਦੇ ਵਿੱਚ ਹੈ ਸ਼ੋਲ ਦੇ ਨਾਲ ਸੂਟ ਲਓ ਜੀ ਅਗਲਾ ਕਲਰ ਬਿਊਟੀਫੁਲ ਡਿਫਰੈਂਟ
प्रिंट डिफरेंट बिल्कुल ठीक है। ये गले को आ गया इतने गला कट हो जाने हाँ जी सेंटर च ये गले को आ गया ये फिर नीचे बॉर्डर पर आ गया प्रिंट बहुत खूबसूरत प्रिंट से कपड़ा है पूरा घ्यो वर्ग बहुत फाइन कपड़ा है बहुत फाइन तमन्ना ब्रांड का होगा जगह जगह से मोर मिलेगी थोड़ा तमन्ना ब्रांड की सलवार का कपड़ा 3 मीटर सलवार का कपड़ा होगा जिन्होंने बहुत ज़्यादा भारे जी कपड़े पसंद नहीं है ना तो पर सूट बहुत सोहने खूबसूरत पीछे भी सेम प्रिंट मिलेगा तो नाल मिलेगा थोनू यह शॉप पूरा खोल के दिखावे सेम प्रिंट होगा बहुत ही खूबसूरत शॉल हल्का बिल्कुल लाइट वेट लो जी प्राइस रेंज 1395 1395 सूट थोड़े घर तक पहुंचने चाहे एड्रेस तुम पिंड का भेजो चाहे शहर का लो जी उम्मीद करते हैं थोड़ा साड़ी अज की यह कलैक्शन पसंद आई होगी स्क्रीनशॉट लैके दिते नंबर पर भेजना हाँ एक रिक्वेस्ट होर अज स्पैशल प्लीज़ वो ध्यान में सुन लो कि पहला जेडे अपने पुराने कस्टमर्स है सारे को QR कोड साडा है ना जिते पेमेंट करनी है तो असी हुण एक होर नंबर लिया और नवा QR कोड है अपनी शॉप के नाम से प्रॉपर तो वो असी प्लीज़ जेडे जेडे भी पुराने अपने जुड़े हुए बंदे है वो साढ़े तो ना जो भी हूँ शॉपिंग कर जे असी भुलिए तो याद ना साढ़े को नंबर लै लेंगे भी सू नवा नंबर सैंड कर दो ठीक है इन्नी सारी हेल्प करो वैसे तो अभी आप भी याद रखा कैश ऑन डिलीवरी साढ़े को नहीं हैगी मेरी ना बार बार काफ़ी मैसेज आते हैं भी कैश ऑन डिलीवरी क्यों नहीं करते अभी कहना थोड़े पैसे दबने गल पैसे दबण की नहीं हैगी एक प्रॉपर स्कीम होंगी है जी लैनी पैंती है पर वो साढ़े को नहीं हैगी ठीक है तो असी बाकी कोई भी मैथड है गूगल पे फोनपे ये सारे मैथड असं करते हैं ठीक है बैंक ट्रांसफर कुछ भी इधर ठीक लगता पेटीएम वगैरह शॉप पर आना चाहते हो बिल्कुल आओ जी जी सदके पर शॉप से आने तो पहला सानू फोन जरूर कर लेना क्योंकि किसी भी वजह करके असं उ ना होइए तो फिर थोड़ा नहीं ठीक लगना तो शॉप का साडा टाइम है 10 to 5 तो संडे साडा ऑफ होंगे ठीक है जी तो बजुर्गों का ख्याल रखो धियां भैनों का मान उठाओ शॉप का एड्रैस है क्लेयर क्लॉथ हाउस जौड़िया सड़क नेड़े ढिलों हनवर्ड चीके वाला मोड़ पटियाला बहुत जल्द अगली वीडियो जुड़ेगी।